ਕੋਰੋਨਾ ਮਹਾਮਾਰੀ ਕਰਕੇ ਲੱਗੇ ਕਰਫਿਊ ਦੀ ਵਜ੍ਹਾ ਨਾਲ ਲੋੜਵੰਦਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਲਈ ਦੋ ਡੰਗ ਦੀ ਰੋਟੀ ਦਾ ਵੀ ਵੱਡਾ ਮਸਲਾ ਹੈ। ਉਹਨਾਂ ਬਜ਼ੁਰਗਾਂ ਦਾ ਕੀ ਜੋ ਹੱਥੀ ਪਕਾਉਣ ਤੋਂ ਵੀ ਮੁਹਤਾਜ ਹਨ ਅਤੇ ਇਸ ਦੁੱਖ ਦੀ ਘੜੀ ਵਿੱਚ ਕੋਈ ਆਸਰਾ ਤੱਕਦੇ ਹਨ। ਇਹ ਵੀਡੀਓ ਕ੍ਰਿਕੇਟਰ ਹਰਭਜਨ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇੱਕ ਨੌਜਵਾਨ ਰਾਸ਼ਨ ਦਾ ਕੁਝ ਸਮਾਨ ਲੈ ਕੇ ਇੱਕ ਬਜ਼ੁਰਗ ਨੂੰ ਦੇਣ ਜਾ ਰਿਹਾ ਹੈ। ਹਰਭਜਨ ਸਿੰਘ ਨੇ ਲਿਖਿਆ ਕਿ ਜਿਉਂਦੇ ਰਹਿ ਮੇਰੇ ਵੀਰ, ਦੁਆ ਹੈ ਵਾਹਿਗੁਰੂ ਅੱਗੇ ਅਜਿਹੇ ਨੇਕ ਬੰਦੇ ਜਿਉਂਦੇ ਵਸਦੇ ਰਹਿਣ। ਧੰਨ ਗੁਰੂ ਨਾਨਕ, ਮਿਹਰ ਕਰੀ ਸਭ ਤੇ, ਸਭ ਦੇ ਇਸ ਤਰ੍ਹਾਂ ਦੇ ਸਹਿਯੋਗ ਨਾਲ ਅਸੀਂ ਕੋਰੋਨਾ ਖਿਲਾਫ ਜੰਗ ਨੂੰ ਆਸਾਨੀ ਨਾਲ ਜਿੱਤ ਲਵਾਂਗੇ। ਵਾਕਈ ਇਹ ਵੀਡੀਓ ਰੂਹ ਝੰਜੋੜ ਦੇਣ ਵਾਲੀ ਹੈ। ਸਰਕਾਰਾਂ ਦੀਆਂ ਅੱਖਾਂ ਖੋਲਦੀ ਹੈ ਜਦੋਂ ਉਹ ਖੁਦ ਹੁਕਮ ਸੁਣਾ ਪਰਦੇ ਦੇ ਪਿੱਛੇ ਜਾ ਲੁਕੇ ਹਨ, ਤਾਂ ਇਸ ਤਰ੍ਹਾਂ ਦੇ ਰੱਬ ਦੇ ਬੰਦਿਆਂ ਨੇ ਖੁਦਾਈ ਨੂੰ ਬਚਾਉਣ ਦਾ ਜ਼ਿੰਮਾ ਆਪਣੇ ਮੋਢਿਆਂ ਤੇ ਚੁੱਕਿਆ ਹੋਇਆ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।